ਹਾਂਜੀ ਸਤਿ ਸ਼੍ਰੀ ਅਕਾਲ ਜੀ, ਜਗਮੀਤ ਸਿੰਘ ਸਮੁੰਦਰੀ ਬੋਲਦਾ ਜੀ। ਔਰ ਜਿਹੜੀ ਸ਼ਹੀਦ ਡਾਕੂਮੈਂਟਰੀ ਮੈਂ ਬੰਬੇ ਤੋਂ ਲੈ ਕੇ ਆਇਆ, ਇੱਥੇ ਐਡਮਿੰਟਨ ਸਾਡਾ ਸ਼ੋਅ ਹੋਇਆ ਅੱਜ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਕਾਫੀ ਭਾਰੀ ਸੰਖਿਆ 'ਚ ਲੋਕ ਦੇਖਣ ਆਏ ਔਰ ਸਾਰਿਆਂ ਦਾ ਧੰਨਵਾਦ ਕਰਦਾ। ਔਰ ਇਹ ਫਿਲਮ 80 ਮਿੰਟ ਦੀ ਪਹਿਲੀ ਵਰਲਡ ਦੀ ਸਿੱਖ ਹਿਸਟਰੀ 'ਤੇ ਬਣੀ ਅੰਤਰਰਾਸ਼ਟਰੀ ਪੱਧਰ ਦੀ ਇੱਕ ਡਾਕੂਮੈਂਟਰੀ ਫਿਲਮ ਹੈ, ਜਿਹਨੂੰ ਇੱਕ ਸਾਊਂਡ ਐਂਡ ਲਾਈਟ ਦੇ ਕੋਨਸੈਪਟ ਨਾਲ ਬਣਾਇਆ ਗਿਆ। ਸਾਰਿਆਂ ਦਾ, ਸਮੂਹ ਸੰਗਤਾਂ ਦਾ ਔਰ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਇੱਥੇ ਉਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਦੁਪਹਿਰੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸ਼ਹੀਦ ਮੂਵੀ ਸੰਗਤਾਂ ਨੂੰ ਵਿਖਾਈ ਗਈ। ਇਹ ਇੱਕ ਡਾਕੂਮੈਂਟਰੀ ਹੈ। ਮੇਰੇ ਵੀਰ ਜਗਮੀਤ ਸਿੰਘ ਸਮੁੰਦਰੀ ਬੋਂਬੇ ਤੋਂ ਆਏ ਨੇ, ਉਹ ਉੱਥੇ ਕੰਮ ਕਰਦੇ ਨੇ, ਐਡ ਬਣਾਉਣ ਦਾ ਕੰਮ ਕਰਦੇ ਨੇ ਉਹ ਬਾਲੀਵੁੱਡ ਵਿੱਚ, ਅਤੇ ਬੜੀ ਹੀ ਤਨਦੇਹੀ ਨਾਲ ਅਤੇ ਬੜੇ ਹੀ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਸਾਰਾ ਕੰਸੈਪਟ ਹੈ ਨਪੇੜੇ ਚਾੜਿਆ। ਸੰਗਤਾਂ ਨੇ ਬਹੁਤ ਭਰਮਾ ਹੁੰਗਾਰਾ ਦਿੱਤਾ, ਬਹੁਤ ਸ਼ੋਰਟ ਨੋਟ ਸੀ ਪਰ ਫਿਰ ਵੀ ਹਾਲ ਫੁੱਲ ਸੀ ਗੁਰੂ ਘਰ ਦੇ, ਅਤੇ ਬਾਹਰ ਵੀ ਸੰਗਤ ਬੈਠੀ, ਲੰਗਰ ਹਾਲ 'ਚ ਬੈਠੀ, ਇਹ ਮੂਵੀ ਨੂੰ ਵੇਖ ਰਹੀ ਸੀ। ਸਮੁੰਦਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਸਮੁੰਦਰੀ ਸਾਹਿਬ ਇੱਦਾਂ ਦੇ ਪ੍ਰੋਜੈਕਟ ਫਿਰ ਲੈ ਕੇ ਆਉਂਦੇ ਰਹਿਣਗੇ ਅਤੇ ਜਿਹੜੀ ਸਿੱਖ ਇਤਿਹਾਸ ਅਤੇ ਧਰਮ ਦੀ ਜਾਣਕਾਰੀ ਦੁਨੀਆਂ ਨੂੰ ਇਸ ਤਰ੍ਹਾਂ ਮਿਲਦੀ ਰਹੇਗੀ। ਸਾਰੀਆਂ ਸੰਗਤਾਂ ਦਾ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।